ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਦੇਖ ਰਹੇ ਜੇ ਆਰੀ ਵਾਲਾ ਐਨੀਮਲ ਟੀ ਵੀ, ਅਤੇ ਮੈਂ ਤੁਹਾਡਾ ਮੇਜ਼ਬਾਨ ਇਫਤਖਾਰ ਅਹਿਮਦ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਲੱਗੇ ਬੈੱਲ ਆਈਕੋਨ ਦੇ ਬਟਨ ਨੂੰ ਕਰੋ ਪ੍ਰੈਸ, ਤਾਂ ਕਿ ਸਾਡੀ ਆਉਣ ਵਾਲੀ ਹਰ ਨਈ ਵੀਡੀਓ ਸਾਡੇ ਵੀਰਾਂ ਤੱਕ ਪਹੁੰਚੇ ਬਆਸਾਨੀ, ਔਰ ਵੀਡੀਓ ਦੇਖਣ ਸਭ ਤੋਂ ਪਹਿਲੇ। ਲਓ ਦੋਸਤੋ, ਅੱਜ ਅਸੀਂ ਆਪਣੇ ਆਰੀ ਵਾਲਾ ਐਨੀਮਲ ਟੀ ਵੀ 'ਤੇ ਆਪਣੇ ਵੀਰਾਂ ਵਾਸਤੇ ਇੱਕ ਪਹਿਲਾਂ ਝੂਟੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਪਹਿਲਾ ਸੁਬਾਹ ਇਹ ਝੂਟੀ ਨੇ ਸੁਣਿਆ, ਗੱਬਣੇ ਦਿਨ ਲੈਂਦੀ, ਥੋੜ੍ਹੇ ਜਿਹੇ 5 ਦਿਨ ਲੈਂਦੀ ਹੈ, 7 ਦਿਨ ਲੈਂਦੀ, ਜੋ ਵੀ ਇਹਦੀ ਡਿਟੇਲ ਹੈ ਉਹ ਆਪਾਂ ਲਵਾਂ ਦੇ ਮਾਲਕਾਂ ਕੋਲੋਂ। ਅਸੀਂ ਆਪਣੀ ਲੋਕੇਸ਼ਨਾਂ ਦੇ ਵੀਰਾਂ ਨਾਲ ਸ਼ੇਅਰ ਕਰ ਦਿੰਦੇ ਹਾਂ। ਤਹਿਸੀਲ ਆਰਵਾਲਾ, ਜ਼ਿਲ੍ਹਾ ਪਾਕਪਤਨ, ਖਾਸ ਆਰੀ ਵਾਲਾ ਆਪਣੀ ਲੋਕੇਸ਼ਨ ਹੈ ਜਨਾਬ। ਕੈਮਰਾਮੈਨ ਸਾਹਿਬ ਕਰਾਵਾਂਗੇ ਜਾਨਵਰ ਦੀਆਂ ਤਸਲੀਆਂ, ਉਸ ਤੋਂ ਬਾਅਦ ਇਹਦੀ ਜੋ ਵੀ ਡਿਟੇਲ ਹੈ ਉਹ ਲਵਾਂਗੇ ਇਨਸ਼ਾਅੱਲਾ ਆਪਾਂ ਮਾਲਕਾਂ ਕੋਲੋਂ। ਅਤੇ ਅੱਜ ਵੀ ਇਨਸਾਫ ਜਾਂ ਫੈਸਲਾ ਵੀਰਾਂ 'ਤੇ ਕਿ ਵਾਕਈ ਜਾਨਵਰ ਮਕੂਲ ਰੇਟ 'ਚ ਲੈ ਕੇ ਆਏ ਹੈ, ਬਹੁਤ ਹੀ ਇੰਤਹਾਈ ਲੈਵਲ ਦੇ ਮੁਨਾਸਿਬ ਰੇਟਾਂ ਦੇ ਵਿੱਚ ਜਨਾਬ। ਜ਼ਿਮੀਂਦਾਰਾਂ ਝੋਟੀ ਹੈ ਬਾਹਰ, ਜੰਗਲ ਬਾਰ ਦੀ ਝੋਟੀ ਹੈ, ਤੁਰਨ ਫਿਰਨ ਵਾਲੀ, ਬਾਹਰ ਚਰਨ ਵਾਲੀ, ਵਪਾਰੀ ਦਾ ਕੋਈ ਨਾਮੋ ਨਿਸ਼ਾਨ ਕੋਈ। ਆਰਵਾਲ ਐਨੀਮਲ ਟੀ ਵੀ ਤੁਹਾਡੇ ਵੀਰਾਂ ਦਾ ਆਪਣਾ ਚੈਨਲ ਹੈ ਜਨਾਬ। ਕੋਸ਼ਿਸ਼ ਕਰੀਂਦੇ ਕਿ ਆਪਣੇ ਵੀਰਾਂ ਵਾਸਤੇ ਅੱਛੇ ਤੋਂ ਬਿਹਤਰੀਨ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਈਏ। ਅਤੇ ਅੱਜ ਵਾਲੇ ਦੋਸਤਾਂ ਨੇ ਇਨਸ਼ਾਅੱਲਾ ਅਸੀਂ ਇੱਕ ਮਿੰਟ ਦੇ ਵਿੱਚ ਦੱਸਣਾ ਸਾਡੇ ਦੋਸਤਾਂ ਨੇ ਕਿ ਵਾਕਿਆ ਹੀ ਰੇਟ ਮਕੂਲ ਹੈ, ਜੋ ਜਿਸ ਤਰ੍ਹਾਂ ਦੀ ਸੂਰਤ ਹਾਲ ਜਾ ਰਹੀ ਹੈ, ਇਹ ਬੱਕਰੀਆਂ ਵਾਲੇ ਰੇਟ ਦੇ ਵਿੱਚ ਤਾਜ਼ਾ ਝੋਟੀ ਮਿਲੇਗੀ ਇਨਸ਼ਾਅੱਲਾ ਅੱਜ ਸਾਡੇ ਵੀਰਾਂ ਨੂੰ। ਗੁੱਲ ਮਾਸ਼ਾਅੱਲਾ ਬੜਾ ਸੋਹਣਾ ਲੱਗਿਆ ਹੋਇਆ ਜਨਾਬ ਝੋਟੀ ਅੱਗੇ, ਦਰਮਿਆਨੇ ਕੱਦ ਦੀ, ਨਾ ਛੋਟੀ ਨਾ ਵੱਡੀ, ਪੁੱਤਰ ਛੋਟੀ ਭਰਾ ਕਰਦੇ ਬਾਹਰ ਨਿਕਲਦੀ ਆ, ਬਾਹਰ ਨਿਕਲਣ ਦੀ ਛੱਡ ਭਰਾ ਛੋਟੀ ਕੱਦ ਕੇ ਛੋਟੀ ਨਾ ਕਰਕੇ ਥੱਲੇ ਵੱਲ ਇਹਨੂੰ ਬਾਹਰ ਕਰ ਦਿੰਦੇ ਥੋੜ੍ਹੇ ਜਿਹੇ ਪਿੱਛੇ ਬਾਹਰ ਕਰ ਗਾਨੀ ਪਾਲ ਲਾ ਗਾਨੀ ਪਾਲ ਮਲਾ ਕਾ ਸਵਾਜ ਪਾਲ ਦਰਮਿਆਨਾ ਕੱਦ ਜਨਾਬ, ਫੁੱਲ ਬਰੀਕੀਆਂ 'ਚ ਇੱਕ ਅੱਖ ਸਫੈਦ, ਦੂਸਰੀ ਅੱਖ ਦੇ ਵਿੱਚ ਵੀ ਜਵਾਬ ਜਨਾਬ, ਛੋਟੀ ਜਿਸ ਮੱਥੇ 'ਤੇ ਸਫੈਦ ਫੁੱਲੀ ਅੱਗੇ ਹੋ ਗਈ ਅੱਗੇ ਹੋ ਗਈ ਇਹਨੂੰ ਜ਼ਰਾ ਤੰਗ ਨਾ ਕਰ ਕਿਉਂਕਿ ਇਹਨੇ ਫਿਰ ਕਾਬੂ ਨਹੀਂ ਆਉਣਾ। ਵੀਡੀਓ ਰੋਕਣੀ ਪਈ ਸੀ ਇਸ ਵਾਸਤੇ ਕਿ ਥੋੜ੍ਹੀ ਜਿਹੀ ਛੁੱਟੀ ਬਾਹਰ ਤੰਗ ਕਰਦੀ ਸੀ, ਵੱਜਦੀ ਸੀ। ਬੜਾ ਸੋਹਣਾ ਜਿੰਨਾ ਕੁ ਉਹਦਾ ਵਜੂਦ ਹੈ, ਬੜਾ ਸੋਹਣਾ ਬੱਕੀਆਂ ਆਉਂਦੀ ਹੈ ਜਿਸ ਰੇਟਾਂ ਦੇ ਵਿੱਚ ਜਨਾਬ। ਅੱਜ ਆਪਣੇ ਵੀਰਾਂ ਵਾਸਤੇ ਅਸੀਂ ਇਸ ਪਿਛਾ ਲਿਓ ਪਾਈ ਜਣਾ, ਇੱਥੇ ਠੱਲ ਲਓ ਬਸ, ਇੱਥੇ ਠੱਲ ਲਓ, ਇੱਥੇ ਆ ਕਾਂ ਜਿਹਨੂੰ ਥੱਲੇ ਜੇ ਇੱਥੇ ਠੱਲ ਬਸ, ਤਸੱਲੀ ਕਰਾ ਦਿਓ ਕੈਮਰਾਮੈਨ ਸਾਹਿਬ, ਕਿਉਂਕਿ ਉਦੋਂ ਜਾਨਵਰ ਥੋੜ੍ਹਾ ਜਿਹਾ ਬਾਹਰ ਕੈਮਰੇ 'ਚ ਸਹੀ ਨਹੀਂ ਆਇਆ। ਨਸਲ ਜ਼ਾਤ ਛੁੱਟੀ ਕੋਲ ਪੂਰੀ ਹੈ, ਬਾਕੀ ਅੱਜ ਕੱਲ੍ਹ ਜੋ ਰੂਟੀਨ ਚੱਲ ਰਹੀ ਪੱਠਿਆਂ ਦੀ, ਉਹ ਹਰ ਬੰਦੇ ਨੂੰ ਪਤਾ ਹੈ ਕਿ ਪੱਠਿਆਂ ਦੀ ਅੱਜ ਕੱਲ੍ਹ ਕਿੱਲਤ ਹੈ। ਅਤੇ ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਅਸਲਾਮ ਭਾਈ ਜਾਨ, ਕੀ ਹਾਲ ਹੈ? ਠੀਕ ਠਾਕ ਵੀਰ, ਸੇ ਠੀਕ ਹੈ ਜੀ, ਸ਼ੁਕਰ ਹੈ ਰੱਬ। ਭਾਈ ਜਾਨ, ਸਭ ਤੋਂ ਪਹਿਲੇ ਤਾਂ ਦੱਸੋ ਕਿ ਝੋਟੀ 12 ਕਿਲੋ ਸੂਰ ਹੈ? ਇਹ ਪਹਿਲਾ ਵਾਰਾ ਸੀ, ਗਰੰਟੀ ਸ਼ੁਦਾ? ਗਰੰਟੀ ਸ਼ੁਦਾ। ਥੋੜਾ ਉੱਚੀ ਬੋਲੋ ਜਨਾਬ, ਕਿੰਨੇ ਕੁ ਦਿਨ ਲੈ ਜਾ, ਕਿੰਨੇ ਕੁ ਦਿਨ ਲੈ ਜਾਏਗੀ ਸੂਣ ਚ? ਦੇ ਹਾਲੇ 6-7 ਕਰਦੇ, 6-7 ਦਿਨ ਅੰਦਾਜ਼ਨ ਇਹਨਾਂ ਕੱਢਣੇ ਵੀ ਚਾਹੀਦੇ ਨੇ। ਹਾਂਜੀ, ਅੱਲਾ ਮੇਰੇ ਜੋ। ਭਾਈ ਜਾਨ, ਇਹ ਝੋਟੀ ਹੈ ਗੱਬਣ? ਹਾਂਜੀ। ਆਪਣੀ ਥਣਾ ਦੀ, ਵਾਨੇ ਦੀ, ਪਿੱਛੇ ਦੀ, ਹਰ ਕਿਸਮ ਦੀ ਆਪਣੀ ਗਰੰਟੀ ਹੋਣੀ? ਪਿੱਛੇ ਦੀ ਭਾਈ ਜੀ ਗਰੰਟੀ ਹੋਵੇਗੀ ਆਪਣੀ, ਅੱਲਾ ਦੇ ਹੁਕਮ ਨਾਲ ਥਣਾ ਦੀ ਵੀ ਗਰੰਟੀ ਹੋਵੇਗੀ। ਹਾਂਜੀ, ਜੇ ਸੂ ਪਈ ਤਾਂ ਫਿਰ ਹਰ ਚੀਜ਼ ਅੱਗੇ ਆ ਜੇ, ਸਹੀ ਹੋਵੇ ਤਾਂ ਲੈ ਜਾਣ, ਨਾ ਸਹੀ ਹੋਵੇ ਤਾਂ ਮੇਰੀ ਮੇਰੇ ਕੋਲ। ਹਾਂਜੀ, ਗੱਬਣ ਦੀ ਆਪਣੀ ਹਰ ਕਿਸਮ ਦੀ ਗਰੰਟੀ? ਗਰੰਟੀ ਅੱਲਾ ਦੇ ਹੁਕਮ। ਬਾਕੀ ਕੋਈ ਵੀ ਇਹਦੇ 'ਚ ਮਸਲਾ ਮਸਾਇਲ ਐਬ ਹੈ, ਉਹ ਸਾਰੀਆਂ ਆਪਣੀਆਂ ਗਰੰਟੀਆਂ ਨੇ, ਗਰੰਟੀਆਂ ਨੇ ਅੱਲਾ ਦੇ। ਮੂੰਹ ਕਿਵੇਂ, ਕੋਈ ਪਤਾ ਆਈਡੀਆ ਹੈ? ਮੂੰਹ 24, ਮੂੰਹ 4 ਦੰਦ? ਹਾਂਜੀ, ਮੂੰਹ 4 ਦੰਦ ਜੀ, ਜਿਹੜੇ ਨਾ ਪੈਸੇ ਲੈਣੇ ਨੇ। ਹਾਂਜੀ,
ਉਹ ਗੱਲ ਕਰਨੀ ਪਈ ਜਾਣ ਭਾਈ ਜੀ, ਕਿਉਂਕਿ ਜਾਨਵਰ ਨੂੰ ਵੀ ਸਾਹਮਣੇ ਰੱਖਣਾ, ਹਰ ਚੀਜ਼ ਸਾਹਮਣੇ ਰੱਖ ਤੇ ਰੇਟ ਮੰਗਣਾ ਭਾਈ ਜੀ। ਮੁੱਲ ਕਰਾਵਣ ਨੂੰ ਜਿੰਨਾ ਮਰਜ਼ੀ ਕਰਾਈ ਰੱਖੋ, ਮੁੱਲ ਤਾਂ 3.5 ਵੀ ਕਰਨਾ, 3,30,000 ਵੀ ਆਪਾਂ ਫਾਈਨਲ ਦੇ ਦੇ। ਅੱਛਾ ਮੁੱਲ ਕਰਾਈਏ ਤਾਂ 3.5 ਲੱਖ? ਹਾਂਜੀ ਫਾਈਨਲ ਚੋਟੀ ਦੇਣੀ 3,00,000 ਤੇ 30,000। ਹਾਂਜੀ 3,30,000। ਇਹ 3,30,000 ਦੇ ਵਿੱਚੋਂ ਅਗਰ ਕੋਈ ਵੀਰ ਭਰਾ ਆਪਣੇ ਨਾਲ ਰਾਬਤਾ ਕਰੇ ਤੇ ਕੋਈ ਮਜ਼ੀਦ ਗੁੰਜਾਇਸ਼ ਹੋ ਜਾਏ ਯਾਰ? ਕੋਈ ਥੋੜਾ ਕਣਾ ਐਵੇਂ, ਥੋੜਾ ਕਣਾ ਪਿਆਰ ਮੁਹੱਬਤ ਆਪਾਂ ਫਿਰ ਵੀ ਕਰ ਦਿਆਂਗੇ। ਠੀਕ ਹੋ ਗਿਆ। ਲਓ ਦੋਸਤੋ, ਮਾਲਕਾਂ ਦੀਆਂ ਤੁਸੀਂ ਗੱਲਾਂ ਸੁਣ ਲਈਆਂ ਨੇ, ਪਹਿਲਾ ਵਾਰਾ ਇਹ ਝੂਟੀ ਨੇ ਸੁਣਿਆ। ਤਕਰੀਬਨ 5 ਤੋਂ 6 ਦਿਨ ਮਜ਼ੀਦ ਅਜੇ ਲੈ ਜਾਏਗੀ, 7-8 ਦਿਨ ਸੁਣਦੀ ਨਹੀਂ ਯਾਰ। 7 ਤੋਂ 8 ਦਿਨ ਵੀ ਕਹਿ ਰਹੇ ਨੇ ਮਾਲਕ ਇਹ ਸੁਣਦੀ ਨਹੀਂ। ਇਹਨੂੰ ਇਹ ਗੇੜਾ ਕਢਾ ਲਓ, ਥੋੜ੍ਹਾ ਇਹ ਗੇੜਾ ਕਢਾ ਲਓ, ਇਹ ਥੋੜ੍ਹਾ ਗੇੜਾ ਕਢਾ ਲਓ। ਬਾਕੀ ਕੁਦਰਤ ਦੇ ਕੰਮਾਂ ਦਾ ਅੱਲਾ ਬਿਹਤਰ ਜਾਣਦਾ, ਕੋਈ 2 ਦਿਨ ਅੱਗੇ ਕੀ ਕੋਈ ਪਿੱਛੇ ਕੀ। ਐਨ ਸਿੰਘ ਵਿਖਾ ਦੇ, ਹਰ ਚੀਜ਼ ਵਿਖਾ ਦੇ, ਤਸੱਲੀ ਕਰਾ ਦਿਓ, ਫਿਰ ਮਜ਼ੀਦ ਤਸੱਲੀ ਕਰਾ ਦਿਓ। ਪਹਿਲਾ ਸਵਾਲ ਇਹ ਝੂਟੀ ਨੇ ਸੁਣਿਆ ਜਨਾਬ, 6 ਤੋਂ 7 ਦਿਨ ਅੱਗੇ ਸੁਣ ਦੇ ਵਿੱਚ ਲੈਂਦੀ ਹੈ, ਹਰ ਕਿਸਮ ਦੀ ਮਾਲਕਾਂ ਦੀ ਗਰੰਟੀ ਹੈ ਜਨਾਬ, ਜ਼ਿਮੀਦਾਰਾ ਝੂਟੀ ਹੈ, ਵਪਾਰ ਦਾ ਕੋਈ ਨਾਮੋ ਨਿਸ਼ਾਨ ਕੋ ਨਹੀਂ। ਅਸੀਂ ਭਾਈਜਾਨ ਗੇੜਾ ਕਢਾਉਂਦੇ, ਬਾਹਰ ਚੜ੍ਹਦੀ ਫਿਰਦੀ ਹੈ, ਕੁਦਰਤੀ ਤੌਰ 'ਤੇ ਜਾ ਰਿਹਾ ਸੈਂ, ਅਤੇ ਪੁੱਛਿਆ ਤਾਂ ਪੈਂਦਾ ਹੈ ਸੇਲ ਕਰਨੀ ਜਨਾਬ। ਡਿਮਾਂਡ ਕਰਾ ਲਓ 3.5 ਲੱਖ ਰੁਪਈਆ, ਲੇਕਿਨ ਫਾਈਨਲ ਡਿਮਾਂਡ ਬਿਲਕੁਲ ਇੰਤਹਾਈ ਲੈਵਲ ਦੀ ਮਾਕੂਲ ਅਤੇ ਮੁਨਾਸਬ ਰੇਟ, ਬੱਕਰੀਆਂ ਮੱਝਾਂ ਵਾਲਾ ਰੇਟ ਹੈ ਜਨਾਬ। 3,30,000 ਫਿਲ ਵਕਤ ਫਾਈਨਲ ਹੈ। ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਕਿ ਇਹਦੇ ਵਿੱਚੋਂ ਵੀ ਕੋਈ ਮਜ਼ੀਦ ਪਿਆਰ ਮੁਹੱਬਤ ਕਰਾਈਏ। ਜਿਸ ਵੀਰ ਭਰਾ ਨੇ ਇਹ ਜਨਾਬ ਜਾਨਵਰ ਖਰੀਦਣਾ ਹੋਵੇ, ਸਾਡਾ ਰਾਬਤਾ ਨੰਬਰ 0300-4-2790-673 ਇਸ ਨੰਬਰ 'ਤੇ ਆਪਣਾ ਵਟਸਐਪ ਬਣਿਆ। ਇਸ ਦੇ ਨਾਲ ਹੀ ਜਨਾਬ ਆਪਣੇ ਮੇਜ਼ਬਾਨੀ ਇਫਤਖਾਰ ਅਮਨ ਨੂੰ ਦਿਓ ਇਜਾਜ਼ਤ, ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ। ਅੱਲਾ ਨਿਜਬਾ।